ਜਿਹੜਾ ਆਪਣੀ ਹੱਡੀਆਂ ਦੇ ਵਿੱਚ ਲੁਬਰੀਕੈਂਟ ਹੁੰਦਾ ਨਾ ਉਹਨੂੰ ਕਾਇਮ ਰੱਖਦਾ ਵਾ ਇਹ ਲਸੂੜੀ ਤੇ ਲਸੂੜਾ ਕਿਉਂਕਿ ਇਹਦੇ ਵਿੱਚ ਵੀ ਲੇਸਲਾ ਪੰਜ ਹੁੰਦਾ ਵਾ ਤੇ ਉਹ ਜਦੋਂ ਆਪਣੇ ਅੰਦਰ ਜਾਂਦਾ ਵਾ ਤੇ ਫਿਰ ਉਹ ਹੱਡੀਆਂ ਨੂੰ ਜਿਹੜੇ ਕੜਿਕ ਕੜਿਕ ਦੀ ਆਵਾਜ਼ ਆਉਂਦੀ ਹੈ ਨਾ ਜਿਵੇਂ ਹੱਡੀਆਂ ਆਵਾਜ਼ ਕਰਦੀਆਂ ਉਹ ਫਿਰ ਹੱਡੀਆਂ ਆਵਾਜ਼ ਨਹੀਂ ਕਰਦੀਆਂ ਤੇ ਇਹ ਸੀ ਉਹ ਜੀ ਲਸੂੜੀ ਵੀ ਤੋਂ ਵੇਲ ਨਹੀਂ ਹੈਗਾ ਉਦੋਂ ਸਾਰੀਆਂ ਛੁੱਟੀਆਂ ਦੇ ਵਿੱਚ ਇੱਕ ਦੂਜੇ ਨੂੰ ਦੱਸਣਾ ਵੀ ਯਾਰ ਕਿ ਛੁੱਟੀਆਂ ਮੈਂ ਫਲਾਨੀ ਜਗ੍ਹਾ ਤੇ ਗਿਆ ਸੀ ਉੱਥੇ ਜਾ ਕੇ ਕੁਝ ਸਿੱਖ ਕੇ ਆਇਆ ਅੱਜ ਕੱਲ ਇਹ ਵੇਖੋ ਵੀ ਵੀਡੀਓ ਗੇਮਾਂ ਕਿੰਨੀਆਂ ਖੇਡੀਆਂ ਆਪਾਂ ਤੇ ਪਬਜੀ ਗੇਮ ਕਿੰਨੀ ਖੇਡੀ ਤੇ ਜਦੋਂ ਕਿਤੇ ਇਦਾਂ ਰਸਤੇ 'ਚ ਤੁਸੀਂ ਲੰਘਦੇ ਹੋ ਤੁਸੀਂ ਕਾਰ ਤੇ ਹੋ ਜਾਂ ਮੋਟਰਸਾਈਕਲ ਤੇ ਹੋ ਤੁਸੀਂ ਰੋਕ ਕੇ ਬੱਚੇ ਨੂੰ ਦੱਸੋ ਉਸ ਚੀਜ਼ ਬਾਰੇ ਜਾਣਕਾਰੀ ਦਿਓ ਵੀ ਇਹ ਜਿਹੜੀ ਚੀਜ਼ ਹੈ ਕਿੰਨੀ ਆਪਣੇ ਸਰੀਰ ਵਾਸਤੇ ਫਾਇਦੇਮੰਦ ਆ ਤੇ ਕਿਵੇਂ ਅਸੀਂ ਇਹ ਖਾਂਦੇ ਸੀਗੇ ਤੇ ਤੁਸੀਂ ਖਾ ਕੇ ਦਾ ਟੇਸਟ ਦੱਸੋ ਕਿਉਂਕਿ ਅੱਜ ਕੱਲ ਦੇ ਬੱਚਿਆਂ ਨੂੰ ਟੇਸਟ ਵੈਸੇ ਚੰਗਾ ਨਹੀਂ ਲੱਗਣਾ ਅੱਜ ਕੱਲ ਲੋਕੀ ਇਹਨੂੰ ਨਹੀਂ ਕੋਈ ਵੀ ਪੁੱਛਦੇ ਪਰ ਪਹਿਲਾਂ ਇਹ ਤਾਂ ਜਿਹੜੀ ਚੀਜ਼ ਸੀ ਨਾ ਇੱਕ ਜਿਵੇਂ ਆਪਾਂ ਨੂੰ ਅੱਜ ਕੱਲ ਸੇਬ ਕੇਲੇ ਮਿਲ ਜਾਂਦੇ ਆ ਪਹਿਲਾਂ ਇਸ ਤਰ੍ਹਾਂ ਬੱਚਿਆਂ ਨੂੰ ਲੱਗਦਾ ਹੁੰਦਾ ਸੀ ਜਿਵੇਂ ਪੀਲੂ ਹੋ ਗਏ ਲਸੂੜੀਆਂ ਹੋ ਗਈਆਂ ਲਸੂੜੇ ਹੋ ਗਏ ਇਦਾਂ ਵੀ ਇਹ ਜਿਹੜੀਆਂ ਚੀਜ਼ਾਂ ਖਾਂਦੇ ਹੁੰਦੇ ਸੀ ਵੈਸੇ ਟੇਸਟ ਵਜੋਂ ਵੀ ਖਾ ਲਈਏ ਕਿਉਂਕਿ ਨਿੰਮ ਦੀ ਨਿਮੋਲੀ ਜਦੋਂ ਪੱਕ ਜਾਂਦੀ ਹੈ ਦੀ ਲਸੂੜੇ ਵਾਂਗੂ ਉਹ ਵੀ ਮਿੱਠੀ ਹੋ ਜਾਂਦੀ ਹੈ ਟੇਸਟੀ ਹੁੰਦੀ ਟੇਸਟ ਦੇ ਨਾਲ ਨਾਲ ਉਹਦੇ ਫਾਇਦੇ ਬਹੁਤ ਹੁੰਦੇ ਆ ਉਦੋਂ ਆਪਣਾ ਜਿਹੜਾ ਇਲਾਜ ਸੀ ਨਾ ਆਪਾਂ ਆਪਣੇ ਆਪ ਹੀ ਨੈਚੁਰਲ ਤਰੀਕੇ ਨਾਲ ਕਰੀ ਜਾਂਦੇ ਹੁੰਦੇ ਸੀਗੇ ਵੀ ਕਦੀ ਕੁਛ ਅੰਦਰ ਸੁੱਟ ਲਿਆ ਕਦੀ ਕੁਛ ਅੰਦਰ ਇਦਾਂ ਨੈਚੁਰਲ ਅੱਜ ਕੱਲ ਪੀਜ਼ੇ ਬਰਗਰਾਂ ਤੋਂ ਵੇਲ ਨਹੀਂ ਹੈਗਾ ਬੱਚਿਆਂ ਨੂੰ ਫੋਨਾਂ ਤੋਂ ਵੇਲ ਨਹੀਂ ਹੈਗਾ हेलो फ्रेंड्स ਸਤਿ ਸ਼੍ਰੀ ਅਕਾਲ ਨਮਸਤੇ ਆਦਾਬ ਰਾਮ ਰਾਮ ਜੈ ਮਾਤਾ ਦੀ ਕੈਸੇ ਹੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਰੂਪ ਬਲੌਗਰ ਤੇ ਤਾਂ ਫਰੈਂਡ ਆਪਾਂ ਚੈਨਲ ਤੇ ਵੀਡੀਓ ਪਾਈ ਸੀ ਲਸੂੜਿਆਂ ਦੀ ਸਬਜ਼ੀ ਦੀ ਤੇ ਲਸੂੜਿਆਂ ਦੇ ਚਾਰ ਦੀ ਤੇ ਉਦੋਂ ਮੈਨੂੰ ਕਮੈਂਟ ਆ ਰਹੇ ਸੀ ਕਿ ਮੈਡਮ ਲਸੂੜੇ ਕੀ ਹੁੰਦੇ ਆ ਉਹਨਾਂ ਦੇ ਦਰਖਤ ਕਿੱਦਾਂ ਦਾ ਹੁੰਦਾ ਪਹਿਚਾਣ ਉਹਨਾਂ ਦੀ ਕੀ ਆ ਤੇ ਅੱਜ ਆਪਾਂ ਇਧਰੋਂ ਚਮਕੌਰ ਸਾਹਿਬ ਦੇ ਦਰਸ਼ਨ ਕਰਕੇ ਆਏ ਸੀ ਗੁਰਦੁਆਰਾ ਸਾਹਿਬ ਦੇ ਤੇ ਰਸਤੇ 'ਚ ਆਪਾਂ ਨੂੰ ਦਿਸਿਆ ਹੈ ਇਹ ਲਸੂੜੀ ਦੇ ਦਰਖਤ ਆਪਾਂ ਨੂੰ ਦਿਸਿਆ ਤੇ ਆਪਾਂ ਸੋਚਿਆ ਕਿ ਤੁਹਾਨੂੰ ਆਪਾਂ ਇਹਦੀ ਪਹਿਚਾਣ ਕਰਾ ਦਈਏ ਤੇ ਦੇਖੋ ਇਦਾਂ ਇਹਦੇ ਗੋਲ ਗੋਲ ਹੀ ਪੱਤੇ ਹੁੰਦੇ ਤੇ ਇਦਾਂ ਇਹਨੂੰ ਫਰੂਟ ਲੱਗਾ ਹੁੰਦਾ ਹੈ ਦੇਖੋ ਇਹ ਨਿੱਕਾ ਨਿੱਕਾ ਫਰੂਟ ਇਹਨੂੰ ਲੱਗਾ ਨਾ ਦੇਖੋ ਗੁੱਛਿਆਂ ਦੇ ਨਾਲ ਹੀ ਲੱਗਾ ਜਿਵੇਂ ਆਪਾਂ ਤੁਹਾਨੂੰ ਵੀਡੀਓ 'ਚ ਦਿਖਾਇਆ ਸੀਗਾ ਇਹ ਲਸੂੜੀ ਹੁੰਦੀ ਆ ਤੇ ਉਹ ਲਸੂੜੇ ਸੀ ਜਿਨ੍ਹਾਂ ਦਾ ਆਪਾਂ ਚਾਰ ਪਾਇਆ ਉਹ ਥੋੜੇ ਮੋਟੇ ਹੁੰਦੇ ਆ ਤੇ ਇਹ ਜਿਵੇਂ ਫੀਮੇਲ ਨਹੀਂ ਹੁੰਦੀ ਇਹ ਲਸੂੜੀ ਉਹ ਲਸੂੜਾ ਇਹ ਦੇਖੋ ਇਦਾਂ ਪੱਕ ਜਾਂਦੇ ਨੇ ਤੇ ਇਹਨਾਂ ਦਾ ਜਿਹੜਾ ਵਾ ਲਸੂੜੀਆਂ ਜਿਹੜੀਆਂ ਵੈਸੇ ਖਾਂਦੇ ਸੀ ਬੱਚੇ ਪਹਿਲਾਂ ਵੈ ਬਜ਼ੁਰਗ ਵੀ ਸਾਰੇ ਉਸ ਤਰ੍ਹਾਂ ਹੀ ਖਾਂਦੇ ਸੀ ਇਹ ਦੇਖੋ ਜਦੋਂ ਪੀਲੀ ਹੋ ਜਾਂਦੀ ਹੈ ਨਾ ਇਹਨੂੰ ਤੋੜ ਕੇ ਇਸ ਤਰ੍ਹਾਂ ਹੀ ਖਾ ਲੈਂਦੇ ਸੀਗੇ ਇੱਕ ਫਰੂਟ ਦੀ ਤਰ੍ਹਾਂ ਤੇ ਪਹਿਲਾਂ ਇਹਨੂੰ ਖਾਂਦੇ ਹੁੰਦੇ ਸੀਗੇ ਤੇ ਲਸੂੜੇ ਦਾ ਜਿਹੜਾ ਅਚਾਰ ਤੇ ਸਬਜ਼ੀ ਬਣਦੀ ਆ ਬਾਕੀ ਮੈਨੂੰ ਤੁਸੀਂ ਕਮੈਂਟ ਕਰਕੇ ਦੱਸਿਓ ਵੀ ਕਿੰਨੇ ਕਿੰਨੇ ਲਸੂੜੀਆਂ ਇਦਾਂ ਖਾਧੀਆਂ ਨੇ ਦੇਖੋ ਦਰਖਤ ਕਿਵੇਂ ਆ ਭਰਿਆ ਪਿਆ ਵੀ ਹੈ ਇਹਦਾ ਦੇਖੋ ਕਿਵੇਂ ਪੀਲੀਆਂ ਸਾਰੀਆਂ ਹੋਈਆਂ ਪਈਆਂ ਸਾਰੀਆਂ ਲਸੂੜੀਆਂ ਦਾ ਕਿੱਡਾ ਸਾਰਾ ਦਰਖਤ ਆ ਇਹ ਸਾਰੇ ਪੱਕੀਆਂ ਹੋਈਆਂ ਲਸੂੜੀਆਂ ਅੱਜ ਕੱਲ ਲੋਕੀ ਇਹਨੂੰ ਨਹੀਂ ਕੋਈ ਵੀ ਪੁੱਛਦੇ ਪਰ ਪਹਿਲਾਂ ਇਹਦਾ ਜਿਹੜੀ ਚੀਜ਼ ਸੀ ਨਾ ਇੱਕ ਜਿਵੇਂ ਆਪਾਂ ਨੂੰ ਅੱਜ ਕੱਲ ਸੇਬ ਕੇਲੇ ਮਿਲ ਜਾਂਦੇ ਆ ਪਹਿਲਾਂ ਇਸ ਤਰ੍ਹਾਂ ਬੱਚਿਆਂ ਨੂੰ ਲੱਗਦਾ ਹੁੰਦਾ ਸੀ ਜਿਵੇਂ ਪੀਲੂ ਹੋ ਗਏ ਲਸੂੜੀਆਂ ਹੋ ਗਈਆਂ ਲਸੂੜੇ ਹੋ ਗਏ ਇਦਾਂ ਵੀ ਇਹ ਜਿਹੜੀਆਂ ਚੀਜ਼ਾਂ ਖਾਂਦੇ ਹੁੰਦੇ ਸੀਗੇ ਇਹੋ ਚੀਜ਼ਾਂ ਖਾਣ ਦੇ ਨਾਲ ਹੀ ਜਿਹੜੇ ਅਜੇ ਤੱਕ ਵਧੀਆ ਉਹਨਾਂ ਦੇ ਜੀਵਨ ਵਧੀਆ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਦਿੱਕਤ ਨਹੀਂ ਵਧੀਆ ਉਹਨਾਂ ਦੇ ਸਰੀਰ ਨੇ ਆਪਾਂ ਜਿਹੜੇ ਲੋਕ ਆ ਉਹ ਬਿਮਾਰੀ ਨਾਲ ਗ੍ਰਸਤ ਤਾਂ ਹੀ ਹੁੰਦੇ ਕਿ ਇਹਨਾਂ ਜਿਹੜੀਆਂ ਨੈਚੁਰਲ ਚੀਜ਼ਾਂ ਨੂੰ ਆਪਾਂ ਛੱਡ ਚੁੱਕੇ ਆ ਜਿਹੜਾ ਆਪਣੀ ਹੱਡੀਆਂ ਦੇ ਵਿੱਚ ਲੁਬਰੀਕੈਂਟ ਹੁੰਦਾ ਨਾ ਉਹਨੂੰ ਕਾਇਮ ਰੱਖਦਾ ਵਾ ਇਹ ਲਸੂੜੀ ਚ ਲਸੂੜਾ ਕਿਉਂਕਿ ਇਹਦੇ ਵਿੱਚ ਵੀ ਲੇਸਲਾ ਪੰਜ ਹੁੰਦਾ ਵਾ ਤੇ ਉਹ ਜਦੋਂ ਆਪਣੇ ਅੰਦਰ ਜਾਂਦਾ ਵਾ ਤੇ ਫਿਰ ਉਹ ਹੱਡੀਆਂ ਨੂੰ ਜਿਹੜੇ ਕੜਿਕ ਕੜਿਕ ਦੀ ਆਵਾਜ਼ ਆਉਂਦੀ ਹੈ ਨਾ ਜਿਵੇਂ ਹੱਡੀਆਂ ਆਵਾਜ਼ ਕਰਦੀਆਂ ਉਹ ਫਿਰ ਹੱਡੀਆਂ ਆਵਾਜ਼ ਨਹੀਂ ਕਰਦੀਆਂ ਤੇ ਇਹ ਸੀ ਉਹ ਜੀ ਲਸੂੜੀ ਕਿਤੇ ਲਸੂੜੇ ਵੀ ਦਿਸੇ ਉਹ ਵੀ ਆਪਾਂ ਜ਼ਰੂਰ ਦਿਖਾਵਾਂਗੇ ਤੁਸੀਂ ਦੇਖ ਸਕਦੇ ਹੋ ਪਛਾਣ ਤੇ ਤੁਹਾਨੂੰ ਹੋ ਗਈ ਹੋਊਗੀ ਉਹ ਥੋੜੇ ਵੱਡੇ ਹੁੰਦੇ ਆ ਇਹ ਥੋੜੀ ਛੋਟੀ ਹੁੰਦੀ ਆ ਬਾਕੀ ਸ਼ੇਪ ਇੱਕੋ ਜਿਹੀ ਹੁੰਦੀ ਆ ਟੇਸਟ ਇਹਨਾਂ ਦਾ ਇੱਕੋ ਜਿਹਾ ਹੁੰਦਾ ਤੇ ਪੱਤੇ ਇਹਦੇ ਥੋੜੇ ਛੋਟੇ ਉਹਦੇ ਥੋੜੇ ਵੱਡੇ ਹੋਣਗੇ ਇੰਨਾ ਹੀ ਫਰਕ ਹੁੰਦਾ ਤੇ ਦਰਖਤ ਸਾਰਾ ਇੱਕ ਦੋ ਤਿੰਨ ਹੋਰ ਬੂਟੇ ਹੈਗੇ ਨੇ ਇੱਧਰ ਸਾਰੇ ਨਹਿਰ ਦੇ ਕੰਢੇ ਆ ਇੱਧਰ ਦੇਖੋ ਇਹ ਤੂਤ ਦਾ ਬੂਟਾ ਵੀ ਆ ਤੇ ਜਦੋਂ ਆਪਾਂ ਛੋਟੇ ਛੋਟੇ ਹੁੰਦੇ ਸੀਗੇ ਚਾਹੇ ਆਪਣੇ ਤੋਂ ਜਿਹੜੇ ਵੱਡੇ ਆ ਉਹ ਜਦੋਂ ਛੋਟੇ ਛੋਟੇ ਹੁੰਦੇ ਸੀਗੇ ਇੱਧਰ ਸਾਰੀ ਦਿਹਾੜੀ ਬਾਹਰ ਤੁਰੇ ਫਿਰਨਾ ਕੋਈ ਨੈਚੁਰਲ ਦੇ ਨਾਲ ਆਪਾਂ ਜਿਹੜੀ ਨੈਚੁਰਲ ਚੀਜ਼ਾਂ ਸੀ ਉਹਨਾਂ ਨਾਲ ਜੁੜੇ ਰਹੀਦਾ ਸੀ ਕਦੀ ਗੋਲਾਂ ਖਾ ਲੀਆਂ ਕਦੀ ਇੱਦਾਂ ਲਸੂੜੀਆਂ ਖਾ ਲੀਆਂ ਤੇ ਕਦੀ ਜਿਵੇਂ ਜਾਮਨੂ ਖਾ ਲਏ ਜਿਵੇਂ ਅੱਜ ਕੱਲ ਅੰਬ ਪੱਕੇ ਨੇ ਅੰਬੀਆਂ ਤੋੜ ਕੇ ਖਾ ਲੀਆਂ ਚਾਹੇ ਅੰਬ ਖਾ ਲਏ ਉਦੋਂ ਕੱਚੀਆਂ ਅੰਬੀਆਂ ਖਾਈ ਜਾਣੀਆਂ ਕੋਈ ਪਰਵਾਹ ਨਹੀਂ ਹੋਣਾ ਸੀ ਵੀ ਗੱਲ ਖਰਾਬ ਹੋ ਜਾਣਾ ਚਾਹੇ ਜਿਵੇਂ ਨਿੰਮ ਦੀਆਂ ਨਮੋਲੀਆਂ ਉਹ ਵੀ ਇੱਕ ਪੂਰੀ ਦਵਾਈ ਹੁੰਦੀ ਸੀ ਜਿਹੜੀ ਆਪਾਂ ਐਦਾਂ ਹੀ ਅਚਾਨਕ ਹੀ ਖਾਂਦੇ ਸੀਗੇ ਵੀ ਵੈਸੇ ਟੇਸਟ ਵਜੋਂ ਵੀ ਬਹੁਤ ਸਵਾਦ ਲੱਗਦੀਆਂ ਵੈਸੇ ਟੇਸਟ ਵਜੋਂ ਵੀ ਖਾ ਲਈਏ ਕਿਉਂਕਿ ਨਿੰਮ ਦੀ ਨਮੋਲੀ ਜਦੋਂ ਪੱਕ ਜਾਂਦੀ ਹੈ ਦੀ ਲਸੂੜੇ ਵਾਂਗੂ ਉਹ ਵੀ ਮਿੱਠੀ ਹੋ ਜਾਂਦੀ ਹੈ ਟੇਸਟੀ ਹੁੰਦੀ ਟੇਸਟ ਦੇ ਨਾਲ ਨਾਲ ਉਹਦੇ ਫਾਇਦੇ ਬਹੁਤ ਹੁੰਦੇ ਆ ਉਦੋਂ ਆਪਣਾ ਜਿਹੜਾ ਇਲਾਜ ਸੀ ਨਾ ਆਪਾਂ ਆਪਣੇ ਆਪ ਹੀ ਨੈਚੁਰਲ ਤਰੀਕੇ ਨਾਲ ਕਰੀ ਜਾਂਦੇ ਹੁੰਦੇ ਸੀਗੇ ਵੀ ਕਦੀ ਕੁਛ ਅੰਦਰ ਸੁੱਟ ਲਿਆ ਕਦੀ ਕੁਛ ਅੰਦਰ ਇਹਦਾ ਨੈਚੁਰਲ ਅੱਜ ਕੱਲ ਪੀਜ਼ੇ ਬਰਗਰਾਂ ਤੋਂ ਵੇਲ ਨਹੀਂ ਹੈਗਾ ਬੱਚਿਆਂ ਨੂੰ ਫੋਨਾਂ ਤੋਂ ਵੇਲ ਨਹੀਂ ਹੈਗਾ ਟੀਵੀ ਤੋਂ ਵੇਲ ਨਹੀਂ ਹੈਗਾ ਉਦੋਂ ਸਾਰੀਆਂ ਛੁੱਟੀਆਂ ਦੇ ਵਿੱਚ ਇੱਕ ਦੂਜੇ ਨੂੰ ਦੱਸਣਾ ਵੀ ਯਾਰ ਕਿ ਛੁੱਟੀਆਂ ਮੈਂ ਫਲਾਨੀ ਜਗ੍ਹਾ ਤੇ ਗਿਆ ਸੀ ਉੱਥੇ ਜਾ ਕੇ ਕੁਝ ਸਿੱਖ ਕੇ ਆਇਆ ਅੱਜ ਕੱਲ ਇਹ ਵੇਖੋ ਵੀ ਵੀਡੀਓ ਗੇਮਾਂ ਕਿੰਨੀਆਂ ਖੇਡੀਆਂ ਆਪਾਂ ਤੇ ਪਬਜੀ ਗੇਮ ਕਿੰਨੀ ਖੇਡੀ ਆ
पैसे दे के डॉक्टर को जाके आप जो फायदा चकते हैं तो जी सारी नेचर आ जी नेचर न जुड़ो तो नेचर आप जी तंदुरुस्त रखती है। तो आप माँ प्यो नू भी यही रिक्वेस्ट करते हैं जी जिन्होंने ये सारिया चीज़ा पहले अपने शरीर से हंडाइया हुई चीज़ा सारिया खाधिया हुई नमोलियां हो गई गोलां हो गई जिवें तूत का जिहड़ा फाला चाहे लसूड़ियां हो गई तो जो कि इदा रस्ते लंघते हो तुसी कार ते हो चाहे मोटरसाइकिल ते हो तुसी रोक के बच्चे नू दसो उस चीज़ बारे जानकारी दो दो भी ये जिहड़ी चीज़ है किन्नी अपने शरीर वास्ते फायदेमंद आ ते किवें असीं ये खांदे सीगे ते तुसी खा के दा टेस्ट दसो क्योंकि अजकल दे बच्चे नू टेस्ट वैसे चंगा नहीं लगना अजकल दे बच्चे नू जिहड़े मूँह ते जिहड़े टेस्ट आ पीजे बर्गर दे लग चुके ने पर फिर भी जे तुसी नेचर नाल बच्चे नू जोड़ोगे उन्हां नू दसोगे भी ये चीज़ अपने वास्ते किन्नी फायदेमंद आ ते बच्चों के अंदर जिहड़ा इंटरस्ट पैदा होगा तो नेचर दे नाल जुड़नगे। ये देखो एक होर नवीं चीज़ अज मैं वेखी है यदा मैनू नहीं पछाण की चीज़ आ जे किसी नूं पता होवे तो मैनूं कमेंट करके जरूर दस्सिओ। देखो है किदां दी लगदी ना कछुआ जिहा बणिआ जिवें कॉकरोच जे वांग किन्नीआं लत्तां जिहीआं पता नहीं की चीज़ है वल जी एक ऐ थल्लिओं आ रही इहनूं सारा इह फल लग्गा आ। जे किसी नूं इहदी जानकारी है तो जरूर मैनूं कमेंट च दस्सिओ। हुण तुसीं मैनूं इह कमेंट करके दस्सिओ कि तुहानूं साडी जिहड़ी आपां लसूड़ी दी पछाण कराई है वीडियो किदां दी लगी जे जानकारी चंगी लगी तो लाइक तो शेयर वध तो वध कर दिया करो। जिहड़े मेरे चैनल ते नवे आए ने उन्हां नूं रिक्वेस्ट है जी मेरे चैनल रूप ब्लॉगर नूं सबसक्राइब जरूर कर लैन बैल बटन दबाउणा ना भुल्लण ताकि नैक्सट वीडियो नोटिफिकेशन उन्हां नूं मिलदी रहे। हुण इत्थे आपां वीडियो दा करदे जी एंड ते नेचर दीआं चीज़ां खा के कर लैन इंजॉय। मिलदे नैक्सट वीडियो तक लई बाय।